ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੰਦਰਪਾਲ ਸਿੰਘ ਖਾਲਸਾ, ਗਤਕਾ ਕੋਚ, ਸਿੱਖ ਮਿਸ਼ਨ ਹਰਿਆਣਾ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਵਾਰੀ ਫਿਰ ਆਪ ਜੀ ਨਾਲ ਰੂਬਰੂ ਹੋਣ ਜਾ ਰਿਹਾ ਜੀ। ਸੋ ਅੱਜ ਦਾ ਜੋ ਇਸ ਵੀਡੀਓ ਦਾ ਵਿਸ਼ਾ ਹੈ ਉਹ ਹੈ ਸ਼ਸਤਰ ਵਿੱਦਿਆ। ਸ਼ਸਤਰ ਵਿੱਦਿਆ ਬਾਰੇ ਆਪ ਜੀ ਨਾਲ ਕੁਝ ਵਿਚਾਰਾਂ ਸਾਂਝੀ ਕਰਨ ਜਾ ਰਹੇ ਹਾਂ ਜੀ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਚੱਲ ਰਹੇ ਲੋਕਡਾਊਨ ਦੇ ਦੌਰਾਨ ਜਿੱਥੇ ਗੁਰਬਾਣੀ ਸੰਥਿਆ, ਗੁਰ ਇਤਿਹਾਸ ਅਤੇ ਹੋਰ ਵਧੇਰੀਆਂ ਕਲਾਸਾਂ ਔਨਲਾਈਨ ਲਗਾਈਆਂ ਜਾ ਰਹੀਆਂ ਹਨ, ਉਸ ਦੇ ਨਾਲ ਨਾਲ ਜੋ ਸਾਡੇ ਸਕੂਲ, ਕਾਲਜਾਂ ਅਤੇ ਹੋਰ ਸ਼ਸਤਰ ਵਿੱਦਿਆ ਸਿੱਖਣ ਵਾਲੇ ਵਿਦਿਆਰਥੀ ਹਨ, ਉਹਨਾਂ ਦੇ ਲਈ ਅਸੀਂ ਇੱਕ ਸ਼ਸਤਰ ਵਿੱਦਿਆ ਦੇ ਜਿੱਥੇ ਔਨਲਾਈਨ ਕਲਾਸਾਂ ਆਰੰਭ ਕਰਨ ਜਾ ਰਹੇ ਹਾਂ, ਜਿੱਥੇ ਪ੍ਰੈਕਟੀਕਲ ਕਲਾਸਾਂ ਲਗਾਈਆਂ ਜਾਂਦੀਆਂ ਹਨ, ਕੁਛ ਥਿਓਰਟੀਕਲ ਵਿਚਾਰਾਂ ਵੀ ਅੱਜ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਸੋ ਇਸ ਥਿਓਰਟੀਕਲ ਵਿਚਾਰ ਦੇ ਰਾਹੀਂ ਕੁਝ ਵਿਚਾਰਾਂ ਆਪ ਜੀ ਅੱਗੇ ਰੱਖਣ ਜਾ ਰਹੇ ਹਾਂ। ਸ਼ਸਤਰ ਵਿੱਦਿਆ ਜਿੱਥੇ ਆਰੰਭ ਹੁੰਦੀ ਹੈ, ਜੇਕਰ ਆਪਾਂ ਦੇਖੀਏ ਧਿਆਨ ਨਾਲ ਥੋੜ੍ਹਾ ਜਿਹਾ ਵੇਖਦੇ ਹਾਂ ਕਿ ਪੁਰਾਤਨ ਸਮੇਂ 'ਚ ਜਦੋਂ ਆਦਿ ਮਾਨਵ ਹੋਇਆ ਕਰਦੇ ਸਨ, ਆਦਿ ਮਾਨਵ ਵੀ ਆਪਣਾ ਜਿਹੜਾ ਜਦੋਂ ਉਹਨਾਂ ਨੇ ਭੋਜਨ ਦਾ ਪ੍ਰਬੰਧ ਕਰਨਾ, ਅਤੇ ਉਹਨਾਂ ਦੇ ਤੁਸੀਂ ਵੇਖੋਗੇ ਜਦੋਂ ਵੀ ਆਦਿ ਮਾਨਵਾਂ ਦੀ ਅਸੀਂ ਫੋਟੋਗ੍ਰਾਫ ਜਾਂ ਵੀਡੀਓਗ੍ਰਾਫ ਦੇਖਦੇ, ਉਹਨਾਂ ਦੇ ਹੱਥ ਸੋਟਾ ਹੁੰਦਾ ਹੈ, ਇੱਕ ਸੋਟੀ। ਉਹ ਸੋਟੀ ਵੀ ਕਿਤੇ ਨਾ ਕਿਤੇ ਇੱਕ ਸ਼ਸਤਰ ਦਾ ਹੀ ਰੂਪ ਹੈ, ਡਾਂਗ। ਜੇਕਰ ਆਪਾਂ ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ ਕਿ ਆਦਿ ਮਾਨਵ ਜਦੋਂ ਉਹਨਾਂ ਨੇ ਸ਼ਿਕਾਰ ਕਰਕੇ ਆਪਣਾ ਭੋਜਨ ਖਾਣਾ, ਅਤੇ ਉਹ ਸ਼ਿਕਾਰ ਕਰਨ ਦੇ ਲਈ ਉਹਨਾਂ ਨੇ ਮੌਜੂਦਾ ਸਮੇਂ ਦੀ ਜਿਹੜੀ ਧਾਤੂਆਂ ਸਨ, ਪੱਥਰ, ਲੋਹਾ ਜਾਂ ਜਿਹੜਾ ਵੀ ਮੌਜੂਦਾ ਧਾਤੂ, ਉਹਨਾਂ ਦੇ ਉਹਨਾਂ ਨੇ ਸ਼ਸਤਰ ਬਣਾਉਣੇ, ਸ਼ਿਕਾਰ ਕਰਨਾ, ਅਤੇ ਫਿਰ ਕਿਤੇ ਜਾ ਕੇ ਉਹਨਾਂ ਨੇ ਉਹਨਾਂ ਭੋਜਨ ਖਾਣਾ। ਖੈਰ, ਜ਼ਿਆਦਾ ਗੱਲ ਨੂੰ ਵੱਡਾ ਵੱਡਾ ਨਾ ਕਰਦੇ ਹੋਏ ਆਪਾਂ ਅੱਗੇ ਵੱਲ ਚੱਲਦੇ ਹਾਂ ਕਿ ਮਹਾਂਭਾਰਤ ਦਾ ਯੁੱਧ ਅਸੀਂ ਸਾਰਿਆਂ ਨੇ ਵੇਖਿਆ, ਅੱਜ ਕੱਲ੍ਹ ਵੀ ਚੈਨਲਾਂ ਦੇ ਵਿਚਕਾਰ ਆ ਰਿਹਾ ਹੈ। ਜਦੋਂ ਅਸੀਂ ਮਹਾਂਭਾਰਤ ਦਾ ਯੁੱਧ ਵੇਖਦੇ ਹਾਂ, ਤਾਂ ਸਾਨੂੰ ਵੇਖਣ ਨੂੰ ਮਿਲਦਾ ਕਿ ਉਸ ਸਮੇਂ ਵੀ ਕਈ ਤਰ੍ਹਾਂ ਦੇ ਜਿਹੜੇ ਸ਼ਸਤਰ ਹਨ ਉਹ ਯੁੱਧ ਦੇ ਵਿੱਚ ਯੂਜ਼ ਕੀਤੇ ਗਏ। ਚਲੋ, ਹੁਣ ਗੱਲ ਆ ਜਾਂਦੀ ਵੀ ਸਿੱਖ ਧਰਮ ਦੇ ਵਿੱਚ ਸ਼ਸਤਰ ਵਿੱਦਿਆ ਦਾ ਜੋ ਰੂਪ ਹੈ ਉਸ ਬਾਰੇ, ਜਾਂ ਜੋ ਸ਼ਸਤਰ ਵਿੱਦਿਆ ਸਿੱਖਣਾ ਚਾਹੁੰਦੇ ਹਨ ਉਹਨਾਂ ਨੂੰ ਕਿਹੜੀਆਂ ਗੱਲਾਂ ਇੰਪੋਰਟੈਂਟ ਨੇ, ਜਿਹੜੀਆਂ ਪਤਾ ਹੋਣੀ ਬਹੁਤ ਜ਼ਰੂਰੀ ਨੇ। ਹੁਣ ਸ਼ਸਤਰ ਵਿੱਦਿਆ, ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਬਾਬਾ ਬੁੱਢਾ ਜੀ ਨੂੰ ਪੀਰੀ ਦੇ ਸਿਧਾਂਤ ਦੇ ਨਾਲ ਜੋੜਦੇ ਹਨ, ਉਹਨਾਂ ਨੂੰ ਨਾਲ ਦੀ ਨਾਲ ਹੀ ਮੀਰੀ ਦੇ ਸਿਧਾਂਤ ਦੇ ਨਾਲ ਵੀ ਜੋੜਦੇ ਹੋਏ ਉਹਨਾਂ ਦੀ ਝੋਲੀ 'ਚ ਮੀਰੀ ਦਾ ਸਿਧਾਂਤ ਵੀ ਪਾਉਂਦੇ ਹਨ, ਭਾਵ ਬਾਬਾ ਬੁੱਢਾ ਜੀ ਨੇ ਵੀ ਕਿਰਪਾਨ ਧਾਰਨ ਕੀਤੀ ਹੈ। ਅਸੀਂ ਜਦੋਂ ਅਕਾਲ ਤਖਤ ਸਾਹਿਬ ਦੇ ਜਦੋਂ ਇਸ ਸ਼ਸਤਰਾਂ ਦੇ ਦਰਸ਼ਨ ਕਰਦੇ ਹਾਂ, ਅਤੇ ਉੱਥੇ ਸਾਨੂੰ ਬਾਬਾ ਬੁੱਢਾ ਜੀ ਦੀ ਕਿਰਪਾਨ ਦੇ ਵੀ ਸ੍ਰੀ ਸਾਹਿਬ ਦੇ ਵੀ ਦਰਸ਼ਨ ਕਰਵਾਏ ਜਾਂਦੇ ਹਨ। ਹੁਣ ਬਾਬਾ ਬੁੱਢਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਸਤਰ ਵਿੱਦਿਆ ਦੀ, ਮਤਲਬ ਕਹਿ ਲਓ ਕਿ ਇੱਕ ਤਰ੍ਹਾਂ ਦੀ ਗਿਆਨ ਕਰਾਉਂਦੇ ਹਨ, ਉਹਨਾਂ ਨੂੰ ਸਿਖਾਉਂਦੇ ਹਨ ਸ਼ਸਤਰ ਵਿੱਦਿਆ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬੁੱਢਾ ਜੀ ਪਾਸੋਂ ਸਿੱਖਦੇ ਹਨ। ਹੁਣ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖ਼ਤ 'ਤੇ ਵਿਰਾਜਮਾਨ ਹੁੰਦੇ ਹਨ, ਕਿਉਂਕਿ ਪਹਿਲਾਂ ਗੁਰਗੱਦੀਆਂ ਲੱਗਦੀਆਂ ਸਨ, ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੱਦੀ 'ਤੇ ਆਉਂਦੇ ਹਨ ਅਤੇ ਤਖ਼ਤ ਲੱਗਦੇ ਹਨ। ਹੁਣ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖ਼ਤ 'ਤੇ ਵਿਰਾਜਮਾਨ ਹੁੰਦੇ ਹਨ, ਅਤੇ ਬਾਬਾ ਬੁੱਢਾ ਜੀ ਉਹਨਾਂ ਨੂੰ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਦੇ ਹਨ, ਭਾਵ ਕਿ ਜਿਹੜਾ ਹੁਣ ਗੁਰਸਿੱਖ ਹੈ ਉਹ ਨਾ ਤਾਂ ਕਿਸੇ 'ਤੇ ਜ਼ੁਲਮ ਕਰੇਗਾ, ਅਤੇ ਨਾ ਕਿਸੇ 'ਤੇ ਜ਼ੁਲਮ ਸਹੇਗਾ, ਅਤੇ ਨਾ ਕਿਸੇ 'ਤੇ ਜ਼ੁਲਮ ਹੋਣ ਦੇਗਾ। ਇਸੇ ਸਿਧਾਂਤ ਨੂੰ, ਇਸੇ ਫਲਸਫੇ ਨੂੰ ਰੱਖਦੇ ਹੋਏ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਚਾਰ ਜੰਗਾਂ ਲੜੀਆਂ ਅਤੇ ਚਾਰੋਂ ਜੰਗਾਂ ਜਿੱਤੀਆਂ। ਹੁਣ ਇਸ ਵਿੱਚ ਦੇਖਣ ਵਾਲੀ ਗੱਲ ਕੀ ਹੈ ਕਿ ਉਹ ਜਿੰਨੀਆਂ ਵੀ ਜੰਗਾਂ ਹੋਈਆਂ ਹਨ ਉਹ ਨਾ ਤਾਂ ਕਿਸੇ ਜਰ ਜੋਰੂ ਜ਼ਮੀਨ ਦੇ ਲਈ ਹੋਈਆਂ ਹਨ, ਸਿਰਫ ਔਰ ਸਿਰਫ ਕਿਸੇ ਦੇ ਹੱਕ ਦਾ ਨਾ ਮਾਰਿਆ ਜਾਵੇ ਔਰ ਹੱਕ ਨੂੰ ਹਾਸਲ ਕਰਨ ਦੇ ਲਈ ਲੜਾਈਆਂ ਹੋਈਆਂ ਹਨ। ਥੋੜ੍ਹਾ ਜਿਹਾ ਇਤਿਹਾਸ ਵੱਲ ਜਦੋਂ ਅਸੀਂ ਡੀਪਲੀ ਜਾਂਦੇ ਹਾਂ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ 14 ਜੰਗਾਂ ਹੋਈਆਂ। ਉਹ 14 ਦੀਆਂ 14 ਜੰਗਾਂ ਜਿਹੜੀਆਂ ਹੋਈਆਂ ਹਨ ਉਹ ਸਿਰਫ ਔਰ ਸਿਰਫ ਗਰੀਬ ਦੇ ਜ਼ੁਲਮ ਨੂੰ ਰੋਕਣ ਦੇ ਲਈ। ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਵੀ ਜਦੋਂ ਕਸ਼ਮੀਰੀ ਪੰਡਿਤਾਂ ਨੂੰ ਆਏ, ਉਹ ਜ਼ਬਰਦਸਤੀ ਮੁਸਲਮਾਨ, ਕਿਉਂਕਿ ਉਹ ਚਾਹੁੰਦੇ ਸਨ ਕਿ ਪੂਰਾ ਮੁਲਕ ਜਿਹੜਾ ਮੁਸਲਮਾਨ ਬਣ ਜਾਏ, ਉਹ ਸਾਰੇ ਫਲਸਫੇ ਨੂੰ, ਉਹਨਾਂ ਦੀ ਜ਼ੁਲਮ ਦੇ ਅੰਦਰ ਜਿਹੜੀ ਸੋਚ ਸੀ ਉਹ ਸੋਚ ਨੂੰ ਖਤਮ ਕਰਨ ਦੇ ਲਈ ਉਹ 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਲੜੀਆਂ। ਖੈਰ, ਸਾਡਾ ਜਿਹੜਾ ਅੱਜ ਦਾ ਵਿਸ਼ਾ ਹੈ ਵੀ ਸ਼ਸਤਰ ਵਿੱਦਿਆ ਅੱਜ ਦੇ ਜੋ ਯੂਥ ਹੈ ਉਹਨੂੰ ਸਿੱਖਣਾ ਕਿਉਂ ਜ਼ਰੂਰੀ ਹੈ। ਇਹ ਸ਼ਸਤਰ ਵਿੱਦਿਆ ਸਾਡੇ ਲਈ ਜਿਹੜੀ ਸਾਡੀ ਝੋਲੀ 'ਚ ਸਾਡੇ ਗੁਰੂ ਸਾਹਿਬਾਨਾਂ ਨੇ ਪਾਈ ਹੈ, ਉਹ ਇਸੇ ਫਲਸਫੇ ਲਈ ਕਿ ਅਸੀਂ ਆਪਣੀ ਆਤਮ ਰੱਖਿਆ ਕਰ ਸਕੀਏ, ਅਤੇ ਨਾ ਹੀ ਕਿਸੇ 'ਤੇ ਜੁਹਾਉਂਦੇ ਜ਼ੁਲਮ ਨੂੰ ਰੋਕ ਸਕੀਏ, ਅਤੇ ਨਾ ਹੀ ਕਿਸੇ 'ਤੇ ਜ਼ੁਲਮ ਕਰੀਏ, ਕਿਉਂਕਿ ਜਦੋਂ ਸਾਡੇ 'ਚ ਆਪਣੇ 'ਚ ਬਲ ਹੋਵੇ ਅਤੇ ਤਾਂ ਹੀ ਅਸੀਂ ਕੁਛ ਕਰ ਪਾਵਾਂਗੇ। ਆਪਣੇ ਪੱਲੇ ਦਾਣੇ ਹੋਣੇ ਚਾਹੀਦੇ, ਜਿਹਨੂੰ ਆਪਾਂ ਸਿੰਪਲ ਭਾਸ਼ਾ 'ਚ ਕਹਿ ਦਿੰਦੇ ਹਾਂ। ਹੁਣ ਇੱਕ ਸਿਧਾਂਤ ਇਹ ਵੀ ਆ ਜਾਂਦਾ ਹੈ ਵੀ ਕਈ ਵਾਰੀ ਅੱਜ ਦਾ ਯੂਥ ਕਹਿ ਦਿੰਦਾ ਜੀ ਮੈਂ ਸ਼ਸਤਰ ਵਿੱਦਿਆ ਸਿੱਖ ਕੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਕੁਝ ਦਿਖਾਉਣਾ ਚਾਹੁੰਦਾ ਹਾਂ। ਇਹ ਫਲਸਫਾ ਵੀ ਜਿਹੜਾ ਕਿਤੇ ਨਾ ਕਿਤੇ ਕੰਮ ਨੂੰ ਖਰਾਬ ਕਰਦਾ ਹੈ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ 14 ਜੰਗਾਂ ਲੜੀਆਂ ਨੇ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਇਤਿਹਾਸ ਅਸੀਂ ਸਾਂਝ ਕਰਦੇ ਹਾਂ ਤੇ ਉਹਨਾਂ ਦੇ ਤੀਰ ਦੇ ਅੱਗੇ ਵੀ ਸੋਨਾ ਲੱਗਿਆ ਹੁੰਦਾ ਹੈ, ਭਾਵ ਕਿ ਜੇਕਰ ਉਹਨਾਂ ਦੇ ਤੀਰ ਤੋਂ ਕੋਈ ਜ਼ਖਮੀ ਹੋਇਆ ਹੈ ਤੇ ਉਹ ਬਚ ਜਾਂਦਾ ਹੈ ਤੇ ਉਹਨਾਂ ਦਾ ਪਰਿਵਾਰ ਉਹਦਾ ਉਹ ਸੋਨਾ ਵੇਚ ਕੇ ਉਸਦਾ ਇਲਾਜ ਕਰ ਲਵੇ, ਜੇਕਰ ਚੜ੍ਹਾਈ ਕਰ ਜਾਂਦਾ ਹੈ ਤੇ ਉਸਦਾ ਪਰਿਵਾਰ ਉਹ ਸੋਨਾ ਵੇਚ ਕੇ ਉਹਦੀ ਜਿਹੜੀ ਅੰਤਿਮ ਯਾਤਰਾ ਹੈ, ਸੰਸਕਾਰ ਹੈ ਜਾਂ ਦਬਾਣਾ ਹੈ ਉਹ ਪੂਰਾ ਕਰ ਸਕੇ। ਮਤਲਬ ਅੰਦਰ ਭਾਵਨਾ ਜਿਹੜੀ ਹੈ ਉਹ ਜ਼ੁਲਮ ਨੂੰ ਖਤਮ ਕਰਨ ਦੀ ਹੈ, ਨਾ ਕਿ ਜ਼ਾਲਮ ਨੂੰ। ਅੱਜ ਜਿਹੜਾ ਅਜੋਕਾ ਸਮਾਂ ਹੈ ਉਹਦੇ 'ਚ ਸ਼ਸਤਰ ਵਿੱਦਿਆ ਸਿੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕੀ ਹੈ, ਕਿਉਂ ਜੇਕਰ ਅਸੀਂ ਆਪਣੀ ਸ਼ਸਤਰ ਵਿੱਦਿਆ ਸਿੱਖਦੇ ਹਾਂ ਤਾਂ ਅਸੀਂ ਆਪਣੀ ਆਤਮ ਰੱਖਿਆ ਕਰ ਸਕਦੇ ਹਾਂ। ਇਹ ਮੈਸੇਜ ਸਪੈਸ਼ਲੀ ਅਸੀਂ ਆਪਣੇ ਵਿਦਿਆਰਥੀਆਂ ਦੇ ਜਿਹੜੀ ਬੱਚੀਆਂ ਹਨ ਉਹਨਾਂ ਨੂੰ ਜ਼ਰੂਰ ਦੇਣਾ ਚਾਹਾਂਗੇ। ਤੁਸੀਂ ਅੱਜ ਦਾ ਅਖਬਾਰ ਚੱਕ ਲਓ, ਕੋਈ ਅਖਬਾਰ ਚੱਕ ਲਓ, ਤੁਸੀਂ ਵੇਖੋ ਕਿ ਰੋਜ਼ ਦਿਨ ਦਿਹਾੜੇ ਕਿਤੇ ਨਾ ਕਿਤੇ ਨਾ ਸਾਡੀ ਬੱਚੀਆਂ ਨਾਲ ਜ਼ੁਲਮ ਹੋ ਰਿਹਾ ਹੈ, ਉਹਨਾਂ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ। ਅਤੇ ਜੇਕਰ ਸਾਡੀਆਂ ਬੱਚੀਆਂ ਇਹ ਸ਼ਸਤਰ ਵਿੱਦਿਆ ਨਾਲ ਜੁੜਦੀਆਂ ਹਨ, ਸ਼ਸਤਰ ਵਿੱਦਿਆ ਸਿੱਖਦੀਆਂ ਹਨ, ਤਾਂ ਉਹਦਾ ਫਾਇਦਾ ਨਹੀਂ ਹੋਵੇਗਾ। ਮੈਂ ਇਹ ਨਹੀਂ ਕਹਿੰਦਾ ਕਿ ਸ਼ਸਤਰ ਵਿੱਦਿਆ ਸਿੱਖ ਕੇ ਉਹ ਸਿੱਧਾ ਹੀ ਜ਼ਾਲਮ ਨੂੰ ਮਾਰ ਦੇਣਗੀਆਂ ਜਾਂ ਆਪਣਾ ਬਚਾਅ, ਪਰ ਲੇਕਿਨ ਜੇਕਰ ਉਹ ਸ਼ਸਤਰ ਵਿੱਦਿਆ ਜਾਣਦੀ ਹਨ, ਉਹ ਆਪਣੀ ਆਤਮ ਰੱਖਿਆ ਕਰਨੀ ਜਾਣਦੀਆਂ ਹਨ, ਅਤੇ ਉਹ ਅਗਰ ਕਿਤੇ ਐਸੇ ਮੋੜ 'ਤੇ ਫਸ ਜਾਂਦੀਆਂ ਹਨ ਜਿੱਥੇ ਉਹਨਾਂ ਨੂੰ ਕਿਤੇ ਐਸੇ ਜ਼ਾਲਮ ਦਾ ਟਾਕਰਾ ਕਰਨਾ ਪੈ ਜਾਵੇ, ਤਾਂ ਉਹ ਸੋਖੇ ਸੋਖੇ ਆਪਣੇ ਹਥਿਆਰ ਨਹੀਂ ਗਿਰਨਗੀਆਂ। ਉਹ ਲਾਸਟ ਮੂਮੈਂਟ ਤੱਕ, ਅੰਤ ਤੱਕ ਉਸ ਜ਼ਾਲਮ ਨਾਲ ਆਪਣੇ ਹੱਕ ਦੇ ਲਈ, ਆਪਣੀ ਜਾਨ ਬਚਾਉਣ ਦੇ ਲਈ ਲੜਨਗੀਆਂ। ਸੋ ਮੇਰੀ ਇਹ ਬੇਨਤੀ ਹੈ ਵੀ ਜਿਹੜੇ ਸ਼ਸਤਰ ਵਿੱਦਿਆ ਸਿੱਖ ਰਹੇ ਹਨ ਉਹ ਬਾਣੇ ਦੇ ਨਾਂ ਦੇ ਨਾਲ, ਬਾਣੀ ਦੇ ਨਾਲ ਜੁੜਨ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਜਦੋਂ ਆਪਾਂ ਪੂਰਾ ਸਿੱਖ ਇਤਿਹਾਸ ਪੜ੍ਹਦੇ ਹਾਂ ਤਾਂ ਉਹਨਾਂ ਨੇ ਬਾਣੇ ਦੇ ਨਾਲ ਬਾਣੀ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ। ਬਿਨਾਂ ਬਾਣੀ ਤੋਂ ਬਾਣਾ ਕਿਸੇ ਕੰਮ ਦਾ ਨਹੀਂ, ਕਿਉਂਕਿ ਜੇਕਰ ਆਪਾਂ ਜਦੋਂ ਪਰਿਵਾਰ ਵਿਛੜਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਤੇ ਸਰਸਾ ਨਦੀ 'ਤੇ ਜਿਹੜਾ ਜੰਗ ਹੁੰਦਾ ਹੈ, 500 ਸਿੰਘਾਂ ਦਾ ਜੱਥਾ ਜਿਹਦੇ 'ਚੋਂ 250 ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਨ ਅੰਮ੍ਰਿਤ ਵੇਲੇ ਦੇ ਦੀਵਾਨ ਲਗਾਓ ਅਤੇ 250 ਸਿੰਘ ਉਹਨਾਂ ਦਾ ਟਾਕਰਾ ਕਰੋ। ਉਹਨਾਂ ਨੇ ਐਸੇ ਸਮੇਂ 'ਤੇ ਵੀ ਕਿਹਾ ਵੀ ਅਸੀਂ ਬਾਣੀ ਦਾ ਸਹਾਰਾ ਨਹੀਂ ਛੱਡਣਾ। ਉਹਨਾਂ ਨੇ ਬਾਣੀ ਦਾ ਸਹਾਰਾ ਲਿਆ, ਉਹਨਾਂ ਨੇ ਨਿਤਨੇਮ ਵੀ ਪੂਰਾ ਕੀਤਾ ਅਤੇ ਉੱਧਰ ਜੰਗ ਦਾ ਜੋ ਮੁਗਲਾਂ ਦਾ ਸਾਹਮਣਾ ਵੀ ਕੀਤਾ। ਅਤੇ ਇਸੇ ਸਿਧਾਂਤ ਨੂੰ ਜਿਹੜੇ ਸ਼ਸਤਰ ਵਿੱਦਿਆ ਸਿੱਖਣਾ ਚਾਹੁੰਦੇ ਹਨ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਭਾਈ ਬਾਣੀ ਦੇ ਵੀ ਜਾਪ ਕਰੋ, ਨਿਤਨੇਮੀ ਬਣੋ, ਅੰਮ੍ਰਿਤਧਾਰੀ ਹੋਵੋ, ਨਿਤਨੇਮ ਦੇ ਨਾਲ ਸ਼ਸਤਰ ਵਿੱਦਿਆ ਦਾ ਅਭਿਆਸ ਜਿਹੜੇ ਸ਼ਸਤਰ ਵਿੱਦਿਆ ਸਿੱਖਦੇ ਹਨ ਉਹਨਾਂ ਨੂੰ ਰੋਜ਼ਾਨਾ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ। ਅਤੇ ਜਿਹੜੇ ਨਹੀਂ ਸਿੱਖ ਰਹੇ ਉਹਨਾਂ ਨੂੰ ਅਪੀਲ ਹੈ, ਇਹ ਅੱਜ ਪਹਿਲੀ ਵੀਡੀਓ ਆਪ ਜੀ ਨਾਲ ਸਾਂਝੀ ਕੀਤੀ ਗਈ ਹੈ, ਅਗਲੀ ਵੀਡੀਓ ਰਾਹੀਂ ਆਪ ਜੀ ਨਾਲ ਸਾਂਝਾ ਕੀਤਾ ਜਾਏਗਾ ਕਿ ਕਿਵੇਂ ਸ਼ਸਤਰ ਵਿੱਦਿਆ ਦਾ ਜਿਹੜਾ ਪਹਿਲਾ ਰੂਪ ਹੈ ਪੈਂਤਰਾ, ਉਹ ਪੈਂਤਰਾ ਕਿਵੇਂ ਚੱਲਣਾ ਹੈ, ਉਸ ਤੋਂ ਬਾਅਦ ਚਾਰ ਵਾਰ ਦੀ ਖੇਡ ਜਾਂ ਕਿੱਦਾਂ ਡਾਂਗ ਚਲਾਉਣੀ ਹੈ, ਕਿਹੜੇ ਸ਼ਸਤਰ ਇੱਕ ਹੱਥ ਦਾ, ਕਿਹੜਾ ਸ਼ਸਤਰ ਦੋ ਹੱਥਾਂ ਦਾ, ਕਿਵੇਂ ਕਿਵੇਂ ਖੇਡਣਾ ਹੈ, ਕਿਹੜੀ ਕਿਹੜੀ ਚੀਜ਼ਾਂ ਸ਼ਸਤਰ ਵਿੱਦਿਆ ਦੇ ਸਿੱਖਣ ਦੇ ਵਿੱਚ ਬਹੁਤ ਜ਼ਰੂਰੀਆਂ ਹਨ, ਉਹ ਸਾਰੀ ਵੀਡੀਓ ਸਟੈਪ ਬਾਈ ਸਟੈਪ ਆਪ ਜੀ ਨਾਲ ਵੀਡੀਓ ਦੇ ਰਾਹੀਂ ਸਾਂਝੀ ਕੀਤੀਆਂ ਜਾਣਗੀਆਂ। ਹੱਥ ਜੋੜ ਕੇ ਬੇਨਤੀ ਹੈ, ਅੱਜ ਦਾ ਨੌਜਵਾਨ ਯੂਥ ਇਸ ਸਮੇਂ ਨੂੰ ਪੂਰਾ ਯੂਜ਼ ਕਰੇ, ਆਪਣੇ ਘਰਾਂ ਦੇ ਵਿਚਕਾਰ ਦਿੱਤੀਆਂ ਹਿਦਾਇਤਾਂ ਦੇ ਨਾਲ ਆਪਣੇ ਘਰ ਬੈਠੇ, ਆਪਣੇ ਉਹ ਜੋ ਵੀ ਸਾਡੇ ਕੋਲ ਸਰਕਾਰ ਵੱਲੋਂ ਹਿਦਾਇਤਾਂ ਦਿੱਤੀਆਂ ਉਹਨਾਂ ਦਾ ਪਾਲਣਾ ਜ਼ਰੂਰ ਕਰੇ, ਆਪਣੇ ਇਤਿਹਾਸ ਦੇ ਨਾਲ ਜੁੜੇ, ਗੁਰਬਾਣੀ ਸੰਥਿਆ ਲਵੇ, ਸਕੂਲਾਂ ਦੀ ਵਿੱਦਿਆ ਵੀ ਜ਼ਰੂਰ ਕਰੇ, ਉਸ ਦੇ ਨਾਲ ਨਾਲ ਸ਼ਸਤਰ ਵਿੱਦਿਆ ਦੇ ਨਾਲ ਜ਼ਰੂਰ ਜੁੜੇ, ਸੋ ਆਪਣੀ ਅਸੀਂ ਆਤਮ ਰੱਖਿਆ ਕਰ ਸਕੀਏ। ਆਪਣੀ ਬੱਚਿਆਂ ਨੂੰ ਇਹ ਮੈਸੇਜ ਜ਼ਰੂਰ ਦੇਈਏ, ਇੰਨੀ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।